अपने बाहर बैठे ने हरमन ये सिर्फ कहने दी गल्लां ने जे पंजाब नाल इन्ना ही प्यार हुंदा तां पंजाब छड़ के बाहर क्यों जांदे हूं क्योंकि पंजाब तो बाहर भी एक दुनिया है हुण तुसीं सारे मैनूं एक गल दसो तुहाडे जो किसे नूं भी कनेडा जाण दा मौका मिले उत्थे सेटल होण दा मौका मिले तुसीं छड्डोगे नहीं ना क्योंकि उत्थे दीआं करियर अपॉर्चुनिटीज उत्थे दी एजुकेशन उत्थे दा लाइफस्टाइल इज डिफरेंट यार आई वुड गो केड़ी लाइफस्टाइल दीआं गल्लां कर रहे हो तुसीं तुसीं एक महीना साडे पंजाब विच रह के देखो तुहानूं पता चलूगा लाइफस्टाइल हुंदा की है ਤੁਹਾਡੇ ਇੰਨੇ ਸਟੂਡੈਂਟ ਸਾਡੀ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ ਇੱਥੋਂ ਤੱਕ ਕਿ ਜਦੋਂ ਤੁਹਾਨੂੰ ਇੱਕ ਨੇਕ ਤੇ ਚੰਗੇ ਲਾਈਫ ਪਾਰਟਨਰ ਦੀ ਲੋੜ ਪੈਂਦੀ ਹੈ ਤੁਸੀਂ ਪੰਜਾਬ ਵੱਲ ਵੇਖਦੇ ਹੋ ਮੈਂ ਸਮਝਿਆ ਨਹੀਂ ਸਭ ਨਹੀਂ ਲੇਕਿਨ ਹੈ ਇਹੋ ਜਿਹੇ ਕੁਝ ਲੋਕ ਜਿਹੜੇ ਆਪਣਾ ਸਭ ਕੁਝ ਛੱਡ ਕੇ ਬਾਹਰ ਨੂੰ ਤੁਰ ਗਏ ਨੇ ਸਿਰਫ ਇਸ ਲਈ ਕਿਉਂਕਿ ਉੱਥੇ ਦਾ ਇੱਕ ਇੱਥੇ 40 ਬਣ ਜਾਂਦਾ ਹੈ ਜਿੱਤਣੇ ਇੱਕ ਤੇ 40 ਦਾ ਫਰਕ ਖਤਮ ਹੋ ਗਿਆ ਨਾ ਕੋਈ ਪੰਜਾਬ ਛੱਡ ਕੇ ਬਾਹਰ ਨਹੀਂ ਜਾਊਗਾ ਮੈਨੂੰ ਇੱਕ ਗੱਲ ਦੱਸ ਜੇ ਕੱਲ ਨੂੰ ਤੇਰਾ ਵਿਆਹ ਕਿਸੇ ਕੈਨੇਡਾ ਦੇ ਮੁੰਡੇ ਨਾਲ ਹੋ ਜੇ ਹੈਂ ਤੇ ਵਿਆਹ ਤੋਂ ਬਾਅਦ ਤੂੰ ਉਹਨੂੰ ਕੀ ਕਹੇਂਗੀ ਕਿ ਤੂੰ ਕੈਨੇਡਾ ਵਾਪਸ ਜਾ ਤੇ ਮੈਂ ਇੱਥੇ ਰਹਿਣੀ ਆ ਪੰਜਾਬ 'ਚ ਹੈਂ ਤੂੰ ਮੈਨੂੰ ਛੱਡ ਤੂੰ ਆਪਣੀ ਗੱਲ ਕਰ ਤੂੰ ਆਏਂਗਾ ਸਭ ਕੁਝ ਛੱਡ-ਛੱਡਾ ਕੇ ਕੈਨੇਡਾ ਤੋਂ ਇੱਥੇ ਤੂੰ ਵਿਆਹ ਕਰਾ ਲੈ ਮੇਰੇ ਨਾਲ ਮੈਂ ਛੱਡ ਦਾਂਗਾ ਕੈਨੇਡਾ ਹੈਂ ਆ ਗਿਆ ਬਈ ਰੱਬ ਦੀ ਸੌਂ ਹੈਂ ਸਹੀ ਗੱਲ ਹੈ ਨਾ ਗਲਤ ਕਿਹਾ ਮੈਂ ਕੁਝ ਹੈਂ ਰਜੋ ਇਹਨੂੰ ਕੀ ਹੋ ਗਿਆ ਰਜੋ ਵਾਟਸ ਹਰ ਪ੍ਰੋਬਲਮ ਆਈ ਵਾਸ ਗਿਵਿੰਗ ਮਾਈ ਪੁਆਇੰਟ ਆਫ ਵਿਊ ਹੇਅਰ Oversensitive. Bad loser. To watch more, log on to www.erosentertainment.com.